ਬੋਲਾ ਕੰਮ ਸੋ ਕੰਮ ਤੁਸੀਂ ਉਹ 17 ਕਿਲੋ ਦੀ ਗਰੰਟੀ ਦੇ ਦੁੱਧ 20 ਸਿਰ ਜੀ ਇਹਦੇ ਕੋ ਅੱਜ ਵੀ 17 ਕਿਲੋ 17 ਕਿਲੋ ਦੀ ਗਰੰਟੀ ਦੇ ਦੇ ਜੀ ਬੇਤੁਨ 2-3 ਦਿਨ ਹੋ ਗਏ ਨੇ ਤੇ ਥੱਲੇ ਵੀ ਪੂਰਾ ਮੈਦਾਨ ਲਾਇਆ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖਣਾ 16 ਤੋਂ 17 ਕਿਲੋ ਬੋਲੇ ਦੀ ਗਰੰਟੀ ਹੈ ਨੰਬਰ 5 ਤੇ ਚੈੱਕ ਕਰਾਨੇ ਆ ਪੇ ਲਿਬਾਸ ਵੀ ਦੋਸਤਾਂ ਵੇਖਣਾ ਤੇ ਥਾਣ ਵੀ ਸੋਣੇ ਮਾਸ਼ਾਅੱਲਾ ਜੀ ਮੁੱਠੀ ਲੈ ਕਰ ਲੋ ਯਾਰ ਭਾਈ ਜਾ ਅਸਲਾਮੁ ਅਲੈਕੁਮ ਸਜਣੋ ਤੇ ਬੈਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਰਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਲੀਅਤ ਨਾਲ ਹੁੰਦੇ ਅੱਜ ਦਿਨ ਜ ਮੰਗਲ ਦਾ ਤੇ ਇਸ ਟਾਈਮ ਫਹਰੇ ਸਿਆਲਕੋਟ ਸਿਆਲਕੋਟ ਦੇ ਨਾਮਵਰ ਵਪਾਰੀ ਤੇ ਨੀਲੀ ਦੇ ਸ਼ਿਕਾਰੀ ਮੁਹੰਮਦ ਇਮਰਾਨ ਸਾਹਿਬ ਦੇ ਡੇਰੇ ਤੇ ਮੌਜੂਦ ਆ ਤੇ ਮਾਸ਼ਾਅੱਲਾ ਜੀ ਭਾਈ ਇਮਰਾਨ ਸਾਹਿਬ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਕੇ ਦੋਸਤਾਂ ਵਾਸਤੇ 5 ਖੂਬਸੂਰਤ ਟਾਪ ਕਲਾਸ ਅਸਲੀ ਤੇ ਨਸਲੀ ਪਿਓਰ ਨੀਲੀ ਦੀਆਂ ਚੋਟੀਆਂ ਇਸ ਤੋਂ ਇਲਾਵਾ 5 ਖੂਬਸੂਰਤ ਗਾਵਾਂ ਵੀ ਲੈ ਕੇ ਆਏ ਨੇ ਜਿਨ੍ਹਾਂ 'ਚ ਮਾਸ਼ਾਅੱਲਾ ਜੀ ਇੱਕ ਖਾਂਗੜ ਗਾਂ ਵੀ ਮੌਜੂਦ ਹੈ। ਇਸ ਤੋਂ ਇਲਾਵਾ ਅੱਜ ਦੀ ਇਸ ਵੀਡੀਓ 'ਚ 16-17 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ। ਕੀਮਤ ਜੀ 1,35,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਬਲੋਂਗ ਕਰਨੇ ਆ ਭਾਈ ਇਮਰਾਨ ਸਾਹਿਬ ਆਓ ਜੀ ਸਾਹਮਣੇ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਭਾਈ ਫਰਾਜ਼, ਠੀਕ ਹੋ ਜੀ? ਭਾਈ ਇਮਰਾਨ ਸਾਹਿਬ ਅੱਲਾਹ ਪਾਕ ਦਾ ਬੜਾ ਸ਼ੁਕਰ ਹੈ ਉਹਦੀ ਜ਼ਾਤ ਦਾ ਕਰਮ ਹੈ, ਤੁਸੀਂ ਸੁਣਾਓ ਠੀਕ ਹੋ, ਸਭ ਹੈਰੀਅਤ ਹੈ? ਅੱਲਾਹ ਦੀ ਜ਼ਾਤ ਦਾ ਬੜਾ ਸ਼ੁਕਰ ਹੈ ਜੀ, ਅਲਹਮਦੁਲਿਲਾ। ਮਾਸ਼ਾਅੱਲਾ ਜੀ, ਸਿਲਸਿਲਾਵਾਰ ਵੀਡੀਓ ਹੋਵੇ ਦੋਸਤ, ਆਲਰੇਡੀ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਬਾਹੂਬੀ ਵਾਕਫ ਨੇ ਸ਼ੌਕ ਅੱਛਾ ਕਰਾਉਂਦੇ ਹੋ। ਅੱਗੇ ਨੀਲੀ ਦੇ ਸ਼ਿਕਾਰੀ, ਹੁਣ ਗਾਵਾਂ ਦੇ ਵੀ ਸ਼ਿਕਾਰੀ ਹੋ ਗਏ ਮਾਸ਼ਾਅੱਲਾ ਜੀ, ਯਾਨੀ ਕਿ ਮਿਕਸ ਕੰਮ ਹੋ ਗਿਆ। ਸੋਚਾ ਸਾਨੂੰ ਵੀ ਆ ਰਹੀ ਹੈ ਦੋਸਤਾਂ ਨੂੰ, ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸੂਰ ਖਾਸ, ਪਿੰਡ ਮਸ਼ਹੂਠਰੋ ਮੰਡੀ ਭਾਜੀ। ਮਾਸ਼ਾਅੱਲਾ, ਠੀਕ ਹੈ ਜੀ ਯਾਰ, ਅੱਗੋਂ ਮਸ਼ਹੂਰ ਲਾਹੌਰ ਮਸ਼ਹੂਰ ਹੁਣ ਹੋ ਗਿਆ ਕਿ ਜਿਹੜੀ ਗੱਲ ਅੱਗੇ ਸੱਚੀ ਉਹਦੇ ਕਰਨ ਦੇ ਕੀ ਅਰਜੇ? ਬਾਰ ਬਾਰ ਆਖਣ ਨਾਲ ਇਹਨਾਂ ਫਿਰ ਮਜ਼ਾ ਨਹੀਂ ਲੈਂਦਾ ਗੱਲ ਦਾ। ਚਲੋ ਤੇ ਖੜਾ ਕੀ ਭਾਈ ਇਮਰਾਨ ਜੀ, ਸ਼ਾਦਾ ਭਾਜੀ ਅੱਲਾ ਦੇ ਫਜ਼ਲੋ ਕਰਮ ਦਾ, ਛੋਟੀਆਂ ਪਹਿਲੇ ਚੈੱਕ ਕਰਾ ਲਈਏ। ਆਓ ਜੀ ਭਾਈ ਨਵੀ ਸਾਹਿਬ, ਜ਼ਰਾ ਤੋਜੋ ਕੇ ਰੱਖਣੀ ਮਾਸ਼ਾਅੱਲਾ ਜੀ। ਨੰਬਰ ਆ ਗਈ ਇੱਕ ਤੇ, ਕਿੰਨਵਾ ਸੋਇਆ ਜੀ ਭਾਈ ਇਮਰਾਨ ਸਾਹਿਬ? ਦੂਸਰਾ ਸੋਇਆ, ਸੋਇਆ ਦੂਸਰਾ ਭਾਈ ਇੱਥੇ ਖਿਲਾ ਰਹੇ ਹੋ, ਜ਼ਰਾ ਚਿਹਰਾ ਦੋਸਤਾਂ ਵੇਖਣਾ, ਬਿੱਲੀਆਂ ਅੱਖਾਂ ਦੇ ਮਾਸ਼ਾਅੱਲਾ ਜੀ, ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ। ਸੋਇਆ ਦੂਸਰਾ ਸੂਈ ਹੈ, ਲਿਬਾਸ ਵੀ ਚੰਗਾ ਕੀਤਾ, ਕਿਦਨ ਦੀ ਸੂਈ ਹੈ ਭਾਈ ਇਮਰਾਨ ਸਾਹਿਬ? ਪੰਜੀ ਕੁ ਦਿਨ ਹੋ ਗਏ ਨੇ, ਜਾ ਕੀ ਮਗਰ ਦੇ ਜਾਇਆ ਨਹੀਂ, ਬੱਚਾ ਤਾਂ ਮਰ ਗਿਆ। ਸੂਆ ਦੂਸਰਾ ਸੂਈ ਮਾਸ਼ਾਅੱਲਾ ਜੀ, ਨੀਲੀ ਦਾ ਬਟਨ ਵੀ ਦੋਸਤਾਂ ਵੇਖਣੇ ਨੇ, ਬਰੀਕ ਚਮੜੀ ਹੈ, ਪੁੱਠਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ। ਭਾਈ ਇਮਰਾਨ ਸਾਹਿਬ, ਚੁਆਈ ਫਿਰ ਕਿੰਜ ਕਰਦੇ ਹੋ? ਭਾਈ ਫਰਾਜ਼ ਪਹਾੜਾ ਪਾ ਕੇ ਥਾਪੀ ਮਾਰ ਕੇ ਥੱਲੇ ਬਹਿ ਜਾਣਾ ਤੇ ਦੁੱਧ ਵੀ ਜਨਾਬ 13 ਸਿਰ ਦੀ ਗਰੰਟੀ ਦੇ ਦੇ। ਦੋਵਾਂ ਟਾਈਮਾਂ ਦਾ ਟੋਟਲ, ਯਾਨੀ ਕਿ ਹੁਣ ਚੋਣੇ ਹੀ ਚੋਣੇ, ਦੁੱਧ 13 ਕਿਲੋ ਵੇ। ਸੁਬਾਹ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ, ਕੋਈ 20-25 ਦਿਨ ਹੋ ਗਏ ਨੇ, ਜ਼ਿਆਦਾ ਮਰ ਗਿਆ ਤੇ ਥਣ ਵੀ ਦੋਸਤਾਂ ਵੇਖਣੇ ਨੇ। ਮਾਸ਼ਾਅੱਲਾ ਜੀ, ਸੋਹਣੇ ਮੁੱਠੀ ਥਣ ਲੱਗੇ ਨੇ, ਜਸਾਮਤ ਕਿੱਡੀ ਹੈ, ਧੁਨੀ ਦਾ ਵੀ ਨਿਸ਼ਾਨ ਹੈ। ਠੀਕ ਹੈ ਭਾਈ, ਲੰਬੀ ਟੁਰ ਕੇ ਲੈ ਚੱਲੋ ਜੀ, ਨੰਬਰ 1 ਤੇ ਚੈੱਕ ਕਰਾਈਏ ਮਾਸ਼ਾਅੱਲਾ ਜੀ ਤੇ ਚੁਆਈ ਦੋਵੇਂ ਟਾਈਮ ਪਹਾੜੇ ਤੇ। ਆਓ ਜੀ ਭਾਈ ਇਮਰਾਨ ਸਾਹਿਬ, ਕੀ ਰੇਟ ਹੈ ਜੀ ਝੋਟੀ ਨੰਬਰ 1 ਦਾ? ਕੋਈ ਨਹੀਂ, ਪਾਣੀ ਪੀਣ ਦੋ ਜਿਹੜੇ ਭਰਾ ਨੂੰ ਚੰਗੀ ਲੱਗੇਗੀ। 3,45,000 ਦੀ ਫਾਈਨਲ ਰੇਟ ਹੋਏਗਾ ਵੀਰਾ ਇਹਦਾ, 3,45,000 ਦੁੱਧ 13 ਕਿਲੋ, ਦੁੱਧ 13 ਕਿਲੋ ਦੀ ਗਰੰਟੀ ਦੇਵਾਂਗੇ ਭਾਈ ਮੇਰਾ, ਜਿਹੜਾ ਮਰਜ਼ੀ ਸਾਡੇ ਕੋਲ ਆ ਕੇ ਪੂਰਾ ਕਰ ਲੈ। ਖੁਸ਼ਲ ਫੜਿਆ ਜ਼ਰਾ ਮਾਸ਼ਾਅੱਲਾ ਜੀ, ਲਿਬਾਸ ਦੋਸਤਾਂ ਫਿਰ ਵੇਖ ਲੈਣਾ, ਬਟਨ ਵੀ ਚੈੱਕ ਕਰਨੇ ਨੇ, ਕੀਮਤ 3,45,000। ਆਓ ਜੀ ਭਾਈ ਮੇਰੇ ਸਾਹਿਬ, ਇਹਨਾਂ ਦੇ ਰੇਟ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਹੋਣੀ ਭਾਈ। ਠੀਕ, ਮਾਮੂਲੀ ਜਿਹਾ ਪਿਆਰ ਮੁਹੱਬਤ ਕਰ ਲਿਓ, ਲੰਮਾ ਚੌੜਾ ਮਾਰਜਨ ਨਹੀਂ, ਕਿਉਂਕਿ ਹੁਣ ਮੈਂ 5 ਲੱਖ ਦੀ ਨਹੀਂ ਮਿਲਦੀ ਤੇ ਇਹਦਾ ਬੱਚਾ ਮਰਨ ਨਾਲ ਹੀ ਅਗੇ ਚਲੋਗਾ, ਦੇ ਦੇ ਛੱਡਨੇ ਕੋਈ ਗੱਲ ਨਹੀਂ ਜੀ। ਬਿਹਤਰ ਹੋ ਗਿਆ, ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਹੈ। ਚੈੱਕ ਕਰੋ ਜੀ, ਕਾਲਾ ਬ੍ਰਾਂਡ ਹੈ, ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਮਾਸ਼ਾਅੱਲਾ ਜੀ। ਜਿਸਮ ਦੋਸਤਾਂ ਵੇਖਣੀ ਭਾਈ ਇੱਥੇ ਖਿਲਾ ਰਹੇ ਹੋ ਜੀ, ਥੱਲੇ ਵੀ ਪੂਰਾ ਮੈਦਾਨ ਲਾਇਆ ਵੇ,
ਚੰਗੀ ਪਹਿਲਵਾਨ ਸਿਹਤਮੰਦ ਝੋਟੀ ਮਾਸ਼ਾਅੱਲਾ ਜੀ ਨਵਾਬ ਚੀਜ਼ ਦੇ ਕਿੰਨਵਾਂ ਸੁਆ ਭਾਈ ਇਮਰਾਨ ਸਾਹਿਬ ਦਾ ਸੁਆ ਦੂਸਰਾ ਭਾਈ ਇੱਥੇ ਖਿਲਾ ਰਹੇ ਹੋ ਜੀ ਮਾਸ਼ਾਅੱਲਾ ਜੀ ਥਾਣ ਵੀ ਦੋਸਤਾਂ ਵੇਖ ਲੈਣੇ ਨੇ ਸੋਹਣੇ ਪਾਵਰਫੁਲ ਮੁੱਠੀ ਥਣ ਲੱਗੇ ਨੇ ਥਣਾਂ ਦੀ ਵੰਡ ਵੀ ਪਿਆਰੀ ਹੈ ਕਿੱਦਾਂ ਦੀ ਸੂਈ ਹੈ ਭਾਈ ਇਮਰਾਨ ਸਾਹਿਬ ਭਾਈ ਫਰਾਈ ਹੋ ਗਈ ਹੈ ਕੁਝ 8-9 ਦਿਨ 8-9 ਦਿਨ ਹੋ ਗਏ ਨੇ ਬਾਈ ਟੋਰੀਓ ਕੀ ਪਿੱਛੇ ਜਾ ਕੀ ਹੈ ਕੱਟਾ ਸਰਨ ਕਰਦੀ ਹੈ ਠੀਕ ਹੈ ਜੀ ਇਹ ਪਿੱਛੇ ਦੇ ਕੱਟਾ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਵੇਖ ਰਹੇ ਚੰਗਾ ਚੌੜਾ ਪੁੱਠਾ ਵੇ ਲਿਬਾਸ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ ਲਿਬਾਸ ਨੇ ਵੀ ਸੋਹਣਾ ਕੀਤਾ ਥਣ ਬੜੇ ਸੋਹਣੇ ਪਾਵਰਫੁਲ ਲੱਗੇ ਨੇ ਮਾਸ਼ਾਅੱਲਾ ਜੀ 7-8 ਦਿਨ ਹੋ ਗਏ ਨੇ ਦੁੱਧ ਕਿੰਨਾ ਕਿਹਦੇ ਕੋਲ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਦੁੱਧ 14 ਕਿਲੋ ਇਹ ਪਿੱਛੇ ਦੇ ਕੱਟਿਆ ਜਾ ਵੀ ਦੋਸਤਾਂ ਵੇਖਣੇ ਮਾਸ਼ਾਅੱਲਾ ਜੀ ਠੀਕ ਹੈ ਜੀ ਮੁਕੰਮਲ ਕਾਲੀ ਸਾਹਿਬ ਫੁਸ਼ਲ ਦੇ ਵਾਲ ਸਫੇਦ ਨੇ ਇਹ ਵੀ ਸਿਹਤਮੰਦ ਦੇ ਜੱਤਲ ਮਾਸ਼ਾਅੱਲਾ ਜੀ ਜਿਸਮ ਮੱਥੇ ਤੋਂ ਵੀ ਹੈ ਜੇ ਮਾਸਾ ਚਿੱਟੀ ਆ ਮੱਥੇ ਤੋਂ ਹੈ ਠੀਕ ਹੈ ਜੀ ਜੀ ਭਾਈ ਇਮਰਾਨ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 2 ਦਾ ਸਿੰਗੀਆਂ ਛੋਟੀਆਂ ਨੇ ਤੇ ਪਹਿਲਵਾਨ ਪਹਿਲਾਂ ਨੇ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਸਾਰੀਆਂ ਪਹਿਲਾਂ ਝੋਟੀਆਂ ਦਾ ਇਹੋ ਜਿਹਾ ਵਜੂਦ ਇਹੋ ਜੀ ਜਸਾਮਤ ਨਹੀਂ ਹੁੰਦੀ ਭਾਈ ਇੱਥੇ ਖਿਲਾ ਰਹੇ ਜ਼ਰਾ ਕਿੱਦਾਂ ਦੀ ਸੂਈ ਹੈ ਭਾਈ ਇਮਰਾਨ ਸਾਹਿਬ ਹੈ 10 ਕੁ ਦਿਨ ਹੋ ਗਏ ਨੇ ਰਵੇਲ ਕਾਫੀ ਹੈ ਮਾਸ਼ਾਅੱਲਾ ਜੀ ਪੂਰੀ ਪਹਿਲਵਾਨ ਅਸਲੀ ਤੇ ਨਸਲੀ ਪਹਿਲਾਂ ਨੇ ਕਿੰਨੇ ਦੰਦ ਭਾਈ ਇਮਰਾਨ ਸਾਹਿਬ ਹੈ ਮੇਰਾ ਖਿਆਲ ਪੂਰੀ ਜੇ ਜਾਂ ਛਿੱਕੀ ਕੰਨੀਆਂ ਕੱਢਦੀ ਜੇ ਪਈ ਹੈ ਕੰਨੀਆਂ ਦੇ ਦੰਦ ਕੱਢਦੀ ਜੇ ਪਿੱਛੇ ਦੇ ਕੱਟਾ ਹੈ ਜਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਟੋਰਿਆ ਭਾਈ ਨਵੀਦ ਸਾਹਿਬ 10 ਕੁ ਦਿਨ ਹੋ ਗਏ ਨੇ ਸੁਬਾ ਪਹਿਲਾਂ ਸੂਈ ਮਾਸ਼ਾਅੱਲਾ ਜੀ ਕਿੰਨਾ ਕੁ ਦੁੱਧ ਭਾਈ ਇਮਰਾਨ ਸਾਹਿਬ ਦੇ ਕੋਲ ਭਾਈ ਫਰਾਜ਼ ਇਹਦੇ ਕੋਲ ਵੀ ਕੋਈ ਦੋਵਾਂ ਟਾਈਮਾਂ ਦਾ ਟੋਟਲ ਕੋਈ 14 ਕਿਲੋ ਬੱਚੇ ਸਮੇਤ ਇਹ ਪਿੱਛੇ ਦੇ ਕੱਟਾ ਜਾ ਵੀ ਦੋਸਤਾਂ ਵੇਖ ਲੈਣਾ ਸ਼ਾਨਦਾਰ ਪਹਿਲਨ ਝੋਟੀ ਹੈ ਬਾਈ ਟੋਰੇ ਜ਼ਰਾ ਲੰਮੀ ਮਾਸ਼ਾਅੱਲਾ ਜੀ ਰਵੇਲ ਵੀ ਦੋਸਤਾਂ ਵੇਖਣੀ ਹੈ ਥਾਣ ਵੀ ਚੈੱਕ ਕਰਾ ਦਿੰਦੇ ਮਾਸ਼ਾਅੱਲਾ ਜੀ ਲੈ ਚਲੋ ਭਾਈ ਲੰਮੀ ਟੋਰ ਕੇ ਤੁਸੀਂ ਲੋ ਦੋਸਤੋ ਬਾਸ ਵੀ ਵੇਖਣਾ ਮਾਸ਼ਾਅੱਲਾ ਜੀ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 14-15 ਕਿਲੋ ਵੇ ਟੋਰ ਵੀ ਦੋਸਤਾਂ ਵੇਖਣੀ ਹੈ ਪੂਰੀ ਨਵਾਬ ਚੀਜ਼ ਹੈ ਮਾਸ਼ਾਅੱਲਾ ਜੀ ਚਾਰ ਦਨ ਨੰਬਰ ਚਾਰ ਤੇ ਚੈੱਕ ਕਰਾਨੇ ਆ ਪੇ ਇਹ ਵੀ ਪਹਿਲਾਂ ਨੇ ਤੇ ਇਹ ਵੀ ਚੋਗੀ ਮਾਸ਼ਾਅੱਲਾ ਜੀ ਭਾਈ ਇੱਥੇ ਖਿਲਾ ਰਹੇ ਕਿੱਦਾਂ ਦੀ ਸੂਈ ਹੈ ਭਾਈ ਇਮਰਾਨ ਸਾਹਿਬ ਤਕਰੀਬਨ 30-35 ਦਿਨ ਜੇ ਪਿੱਛੇ ਕੱਟੀ ਜੇ ਕੱਟੀ ਹੈ ਕਰਮਾਲੀਏ ਦੋਈ ਨੇ ਜਾ ਵੀ ਦੋਸਤਾਂ ਵੇਖਣਾ ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ ਭਾਈ ਖਿਲਾ ਰਹੇ ਹੋ ਜੀ ਬੋਲੇ ਤੇ ਇਹ ਕਿੰਨਾ ਕੁ ਬੋਲਾ ਭਾਈ ਇਮਰਾਨ ਸਾਹਿਬ ਦੇ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਬੋਲਾ ਵੀ ਕੋਈ 12 ਕਿਲੋ ਵੇ ਤੇ ਧੁਨੀ ਐਵੇਂ ਨਾ ਹੁੰਦੇ ਬਰਾਬਰ ਹੀ ਮਾਸ਼ਾਅੱਲਾ ਜੀ ਧੁਨੀ ਕੋਲ ਹੀ ਦੋਸਤਾਂ ਵੇਖਣੀ ਹੈ ਚੰਗੀ ਬਰੀਕ ਅਸਲੀ ਤੇ ਨਸਲੀ ਝੋਟੀ ਹੈ ਭਾਈ ਟੋਰਿਓ ਜ਼ਰਾ 4 ਦੰਦ ਪਹਿਲਣ ਮਾਸ਼ਾਅੱਲਾ ਜੀ 3 ਕੁ ਦਿਨ ਹੋ ਗਏ ਨੇ ਪੁੱਠਾ ਵੀ ਦੋਸਤਾਂ ਵੇਖ ਲੈਣਾ ਬੋਲਾ ਦੱਸਿਆ ਜੇ 12 ਕਿਲੋ ਭਾਈ ਠੀਕ ਹੈ ਜੀ ਮੌਜੂਦਾ ਫਿਲਹਾਲ ਜਿਹੜਾ ਬੋਲਾ ਵੇ 12 ਕਿਲੋ ਮਾਸ਼ਾਅੱਲਾ ਜੀ ਠੀਕ ਹੈ ਜੀ ਭਾਈ ਪਰਤਾ ਕੇ ਲਿਆਓ ਜੀ ਪਿੱਛੇ ਦੇ ਕੱਟੀ ਕਰਮ ਵਾਲੀਆਂ ਦੋਈ ਨੇ ਜਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਇਹ ਵੀ ਮੁਕੰਮਲ ਕਾਲੀ ਸਿਆਜ ਹੈ ਫੁਸ਼ਲ ਵਾਲ ਸਫੇਦ ਨੇ ਠੀਕ ਹੈ ਜੀ ਸਿੰਗੀਆਂ ਛੋਟੀਆਂ ਨੇ ਪਹਿਲਾਂ ਨੇ ਵਜੂਦ ਚੰਗਾ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ 3 ਕੁ ਦਿਨ ਹੋ ਗਏ ਨੇ 4 ਦੰਦ ਦੇ ਜੀ ਭਾਈ ਇਮਰਾਨ ਸਾਹਿਬ ਕੀ ਰੇਟ ਹੈ ਜੀ ਰੇਟ ਫਾਈਨਲ ਲਾਣੇ ਨੇ ਬਹੁਤੇ ਮੰਗਣ ਦਾ ਮਕਸਦ
ਜਿਹੜੇ ਭਰਾ ਨੂੰ ਚੰਗੀ ਲੱਗੇ 4,40,000 ਦੀ ਝੋਟੀ ਦੇਖ ਲਾਂਗੇ ਮੇਰਾ। 4,40,000 ਮਾਸ਼ਾਅੱਲਾ ਜੀ, ਨੰਬਰ 4 ਤੇ ਚੈੱਕ ਕਰਾਈਏ ਕੀਮਤ 4,40,000 ਬਾਈ ਲਿਆਓ ਜੀ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਆ ਗਈ ਅੱਜ ਦੀ ਵੀਡੀਓ ਦੀ ਪਹਿਲਵਾਨ ਚੀਜ਼ ਦਾ ਭਾਈ ਇਹਦੇ ਚਿਹਰੇ ਸਾਹਮਣੇ ਕਰੋ ਜੀ। ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਾ ਸੇਮ ਹੈ, ਜਸਾਮਤ ਵੱਡੀ ਬਾਈ ਲੰਮੀ ਟੋਰ ਕੇ ਖੜੇ ਹੋ ਜ਼ਰਾ ਮਾਸ਼ਾਅੱਲਾ ਜੀ। ਆਹ ਚੈੱਕ ਕਰੋ ਜੀ, ਹਰ ਵੀਡੀਓ 'ਚ ਆਓ ਜੀ ਪਹਿਲਵਾਨ, ਸ਼ਾਨਦਾਰ ਚੀਜ਼ ਸ਼ਾਮਿਲ ਨਹੀਂ ਹੁੰਦੀ, ਲਿਬਾਸ ਵੀ ਪੂਰਾ ਕੀਤਾ, ਪੂਰਾ ਮੈਦਾਨ ਲਾਇਆ। ਸੁਬਾ ਕਿਨਵਾਂ ਸੂਈ ਹੈ ਜੀ, ਦੂਸਰਾ ਸੁਬਾ ਸੂਈ ਹੈ, ਸੁਬਾ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ। ਸੁਣ ਲਓ ਮੇਰੇ, ਇਹ ਪੂਰੀ ਇਹਦੀ ਤਸੱਲੀ ਭਰਾਵਾਂ ਕੋ ਰਾਹੜੇ, ਇਹ ਬੱਚਾ ਇਹਦਾ। ਅੱਛਾ, ਪਰਸੋਂ ਦੀ ਸੂਈ ਅੱਜ ਤੀਸਰਾ ਦੇਣੇ ਜਾ ਕੀ ਹੈ ਜੀ, ਕੱਟਿਆ ਇਹਦਾ, ਕੱਟਿਆ ਨਾੜੂ ਸਾਹਮਣੇ ਨਜ਼ਰ, ਦੋ ਨਾੜਾਂ ਵਾਲਾ, ਦੋ ਆਂਡਲਾਂ ਵਾਲਾ। ਠੀਕ ਹੈ ਠੀਕ ਹੈ ਜੀ, ਲੈਦਾ ਲੈਦਾ ਨੇ ਕੱਟੇ ਦੀ। ਵੇਖੋ ਪਤਾ ਗੱਲ ਕੀ, ਇਹ ਕੱਟਾ ਅੱਜ ਵੀ ਅਗਰ ਕਿਸੇ ਲੈਣਾ ਉਹਨੇ ਹੀ ਹੈ ਜਿਹਨੂੰ ਸਮਝ ਹੈ, ਜਿਹਨੂੰ ਪਛਾਣ ਹੈ, ਠੀਕ ਹੈ, ਅੱਜ ਵੀ ਭਾਵੇਂ 1,00,000 ਰੁਪਏ ਦਾ ਕਿਸੇ ਨੂੰ ਦੇ ਲਓ। ਠੀਕ ਹੈ ਠੀਕ ਹੈ, ਇਹਦੀ ਕੀਮਤ ਜੇ ਕੱਟਿਆ ਉਹਦੀ ਜਿਹੜੇ ਉਹ ਬਰੀਡਿੰਗ ਵਾਸਤੇ। ਹਾਂਜੀ ਜੀ, ਬਿਹਤਰ ਹੋ ਗਿਆ ਬਾਈ ਖਿਲਾਰ। ਸੁਬਾ ਦੂਸਰਾ ਝੋਟੀ ਦਾ, ਪਿੱਛੇ ਦੇ ਕੱਟਾ ਹੋਵੇ, ਬੋਲੇ ਤੇ ਹੋਵੇ, ਤੀਸਰਾ ਦਿਨ ਭਾਈ ਦਾ ਚਿਹਰਾ ਸਾਹਮਣੇ ਕਰਿਓ ਜੀ। ਚਿਹਰਾ ਵੀ ਦੋਸਤਾਂ ਵੇਖਣਾ, ਬਿੱਲੀਆਂ ਅੱਖਾਂ ਨੇ, ਦੋ ਅੱਖਾਂ ਦੀ ਰੰਗਤ ਸੇਮ ਹੈ ਮਾਸ਼ਾਅੱਲਾ ਜੀ, ਰਵੇਲ ਕਾਫੀ ਚੰਗੀ ਭਾਈ, ਸਿੱਧੀ ਕਰਿਓ ਜ਼ਰਾ, ਚੰਗੀ ਪਹਿਲਵਾਨ ਸ਼ਾਨਦਾਰ ਚੀਜ਼ ਹੈ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਪਿਓਰ ਨੀਲੀ ਦਾ ਬ੍ਰਾਂਡ ਹੈ ਮਾਸ਼ਾਅੱਲਾ ਜੀ। ਠੀਕ ਹੈ, ਪਰਸੋਂ ਦੀ ਸੂਈ ਜਾਂ ਦੂਸਰਾ ਦੇ, ਕੱਲ ਦੀ ਦਿਹਾੜੀ ਵਿੱਚ ਲੰਘੀ ਜੇ। ਅੱਛਾ, ਅੱਜ ਜਿਹੜਾ ਮਰਜ਼ੀ ਭਰਾ ਨੂੰ ਮਤਲਬ ਕਿ ਚੰਗੀ ਲੱਗੇ ਤੇ 16 ਤੋਂ 17 ਕਿਲੋ 18 ਕਿਲੋ ਅੱਜ ਹੀ ਬੋਲਾ ਪੂਰਾ ਕਰਕੇ ਦਿਆਂਗੇ। 16 ਕਿਲੋ ਦੀ ਗਰੰਟੀ ਹੈ ਇਨਸ਼ਾਅੱਲਾ ਬਾਈ ਲੰਮੀ ਟੋਰੇ ਜੀ। 16 ਤੋਂ 17 ਕਿਲੋ ਬੋਲਾ ਵੇ, ਸੁਬਾ ਦੂਸਰਾ ਵੇ, ਪਿੱਛੇ ਦੇ ਕੱਟਾ ਵੇ, 16 ਕਿਲੋ ਬੋਲੇ ਦੀ ਗਰੰਟੀ ਹੈ ਮਾਸ਼ਾਅੱਲਾ ਜੀ। ਪੂਰੀ ਨਾਮੀ ਗ੍ਰਾਮੀ ਚੀਜ਼ ਹੈ, ਮੈਦਾਨ ਸੋਹਣਾ ਲਾਇਆ, ਲਿਬਾਸ ਚੰਗਾ ਕੀਤਾ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਜਸਾਮਤ ਕੋਈ ਛੋਟੀ ਨਹੀਂ, ਵੱਡੀ ਜਸਾਮਤ ਲਈ ਮਾਸ਼ਾਅੱਲਾ ਜੀ ਛੋਟੀ ਹੈ ਜੀ। ਸੁਬਾ ਵੀ ਦੂਸਰਾ ਹੈ ਤੇ 3 ਕੁ ਦਿਨ ਹੋ ਗਏ ਨੇ ਲਿਬਾਸ, ਦੋਸਤਾਂ ਫਿਰ ਚੈੱਕ ਕਰਨਾ। ਆਹੋ ਭਾਈ ਮਨਾਨ ਸਾਹਿਬ, ਫੁਸ਼ਲ ਜ਼ਰਾ ਫੜੋ ਹਾਂ ਜੀ, ਦੋਸਤਾਂ ਨੂੰ ਪਤਾ ਲੱਗੇ ਮਾਸ਼ਾਅੱਲਾ ਜੀ ਲਿਬਾਸ ਕਿੱਥੋਂ ਸ਼ੁਰੂ ਹੋਇਆ, ਥਾਣੀ ਵੀ ਦੋਸਤਾਂ ਚੈੱਕ ਕਰ ਲੈਣੇ ਭਾਈ ਭਰਾ, ਸਾਰੀਆਂ ਮੱਝਾਂ ਦੇ ਲਿਬਾਸ ਇੱਥੋਂ ਨਹੀਂ ਸ਼ੁਰੂ ਹੁੰਦੇ ਮਾਸ਼ਾਅੱਲਾ। ਔਰ ਦੂਜੀ ਗੱਲ ਇਹ ਵੇ ਕਿ ਦੋ ਦਿਨਾਂ ਦੀ ਸੂ ਕੇ ਤੇ 16 ਕਿਲੋ ਦੁੱਧ ਮਿਲਣਾ ਰੱਖਦਾ ਜੀ, ਤੇ 24-25 ਸਰ ਇਨਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਨਾਲ ਤੀਸਰੇ ਚੌਥੇ ਦਿਨ 24-25 ਕਿਲੋ ਤੇ ਜਾਏਗੀ ਜੀ। ਬਿਹਤਰ ਹੋ ਗਿਆ, ਜੋ ਹੁਣ ਮੌਜੂਦਾ ਵੇ ਦੋਸਤਾਂ ਨੂੰ ਦੱਸਿਆ, ਉਹ ਦੱਸਿਆ ਜੋ ਦੋਸਤਾਂ ਦੀ ਕਿਸਮਤ 'ਚ ਜੋ ਪਾਣਾ ਉਹੀ ਲੈਣਾ ਮਾਸ਼ਾਅੱਲਾ ਜੀ, ਉਮੀਦ ਛੇਰੀ ਹੋਣੀ ਚਾਹੀਦੀ ਭਾਈ ਫਰਾਜ ਜੀ, ਇਹਨਾਂ ਵੀ ਨਹੀਂ ਦੇਣਾ ਤਾਂ ਦੇਣਾ ਕਿੰਨੇ ਨੇ। ਆ ਬਿਲਕੁਲ ਜੀ, ਚੀਜ਼ ਤੇ ਚੰਗੀ ਮਾਸ਼ਾਅੱਲਾ ਜੀ। ਆਓ ਜੀ ਭਾਈ ਇਮਰਾਨ ਸਾਹਿਬ, ਕੀ ਰੇਟ ਹੈ ਜੀ ਝੋਟੀ ਨੰਬਰ 5 ਦੀ? ਝੋਟੀ ਹੈ ਕੀ ਰੇਟ ਹੈ ਜੀ? ਝੋਟੀ ਮੇਰੀ ਹੈ ਜੀ 6,00,000 ਦੀ, ਤੇ ਜਿਹੜੇ ਭਰਾ ਨੂੰ ਚੰਗੀ ਲੱਗੇਗੀ 5.5 ਲੱਖ ਦੀ ਝੋਟੀ ਦੇ ਦਾਂਗੇ। 5.5 ਲੱਖ, 5,50,000 ਜੀ, ਪੂਰੇ 6,00,000 ਦੀ ਜੀ। ਬਿਹਤਰ ਹੋ ਗਿਆ ਮਾਸ਼ਾਅੱਲਾ ਜੀ, ਚੰਗੀ ਪਹਿਲਵਾਨ ਚੀਜ਼ ਦੀ ਕੀਮਤ 5,50,000। ਅੱਗੇ ਬਾਈ ਲਿਆਓ ਜੀ ਝੁੰਗੀ ਹੈ, ਕੰਨ ਛੋਟੇ ਨੇ ਮਾਸ਼ਾਅੱਲਾ ਜੀ, ਜਰਸੀ ਕਰਾਸ ਹੈ, ਕਾਲੇ ਥਣ ਲੱਗੇ ਨੇ, ਬਲੈਕ ਹੀ ਪ੍ਰਿੰਟ ਹੈ, ਖਾਂਗੜੇ ਹੈ, ਖਾਂਗੜ ਖਾਂਗੜ। ਠੀਕ ਹੈ, ਕੀ ਤਫਸੀਲ ਹੈ, ਦੁੱਧ ਕਿੰਨਾ ਦੇ ਕੋਲ? ਦੁੱਧ ਹੋਏਗਾ ਭਾਈ ਫਰਾਜ 5 ਤੋਂ 6 ਕਿਲੋ। ਅੱਛਾ, ਤੇ ਸੁਬਾ ਕਿਨਵਾਂ ਸੂਈ? ਸੁਬਾ ਪਹਿਲਾਂ ਹੀ ਸੂਈ ਦੀ, ਤੇ ਐਂਜੀ ਬੈਗ ਚੋ ਲੈਣੀ, ਐਡਾਪਟਰ ਵੀ ਤੇਰਾ ਕੈਮਰੇ ਕੋਲ, ਐਂਜੀ ਬੈਗ ਚੋ ਲੈਣੀ। ਠੀਕ ਹੈ, ਨਾ ਟੀਕਾ ਲਾਉਣ ਦੀ ਜ਼ਰੂਰਤ ਹੈ, ਨਾ ਪਹਾੜੇ ਦੀ ਜ਼ਰੂਰਤ ਹੈ। ਸੁਬਾ ਪਹਿਲਾਂ ਸੂਈ ਹੈ ਮਾਸ਼ਾਅੱਲਾ ਜੀ, ਇਹ ਵੀ ਝੁੰਗੀ ਹੈ, ਸਿੰਘ ਚਿੱਟੇ ਨੇ, ਅੱਗੂ ਕ੍ਰਾਸ ਤੇ ਨਹੀਂ ਹੋਈ ਭਾਈ ਫਰਾਜ਼, ਨਹੀਂ ਪਤਾ ਕੋਈ ਵੀ ਜੀ। ਬਿਹਤਰ ਹੋ ਗਿਆ, ਯਾਨੀ ਕਿ ਹੁਣ ਦੁੱਧ ਹੀ ਤਕਰੀਬਨ 5 ਤੋਂ 6 ਕਿਲੋ ਦੁੱਧ। ਹਾਂਜੀ ਠੀਕ ਭਾਈ, ਹਲਕਾ ਜਿਹਾ ਬਸ ਤੋੜ ਕੇ ਲਿਆ ਜੀ, ਇਹ ਸਿਰਫ ਨਾ ਰੋਜ਼ੇ ਰਖਾਉਣ ਵਾਸਤੇ ਨੇ। ਆ ਬਿਲਕੁਲ ਜੀ, ਪੈਸੇ ਨਾਲ। ਠੀਕ ਹੈ, ਬਿਹਤਰ ਹੋ ਗਿਆ ਜੀ, ਲਿਆਓ ਜੀ ਭਾਈ ਪ੍ਰਤਾਪ ਮਾਸ਼ਾਅੱਲਾ ਜੀ। ਲੈ ਚਲੋ ਲੰਮੀ ਟੋਰ ਕੇ, ਜਰਸੀ ਗਲਾਸ ਹੈ, ਕਾਲੇ ਥਲ ਲੱਗੇ ਨੇ ਮਾਸ਼ਾਅੱਲਾ ਜੀ, ਥਾਣੀ ਵੀ ਦੋਸਤਾਂ ਵੇਖ ਲੈਣੇ ਨੇ, ਖਾਂਗੜ ਵੈੜੇ ਨੰਬਰ 1 ਤੇ ਚੈੱਕ ਕਰਾਈਏ, ਇਹ ਵੀ ਪਹਿਲੇ ਨੇ। ਕਿੰਨੇ ਦੰਦ ਦੇ ਭਾਈ ਮਰਾਂ ਨੇ ਭਾਈ ਫਰਾਜ਼? ਪੂਰੇ ਦੰਦ ਨੇ ਜਨਾਬ। ਠੀਕ ਹੈ, ਕੀ ਰੇਟ ਹੈ ਜੀ ਦੱਸੋ? ਰੇਟ ਦਾ ਭਾਈ ਫਰਾਜ਼ ਸਿਰਫ 1,35,000 ਰੁਪਇਆ, ਕੋਈ ਡੇਢ ਨਹੀਂ, ਕੋਈ ਪੌਣੇ ਦੋ ਦੋ ਕੋਈ, ਸਿਰਫ 1,35,000। ਦੁੱਧ 5 ਤੋਂ 6 ਕਿਲੋ ਵੇ ਜੀ, ਸੁਬਾ ਪਹਿਲਾਂ ਸੂਈ ਹੈ ਖਾਂਗੜ ਮਾਸ਼ਾਅੱਲਾ ਜੀ, ਕੀਮਤ 1,35,000। ਅੱਗੇ ਬਾਈ ਲਓ ਜੀ ਨੰਬਰ 2 ਵਾਲੀ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਹੈ, ਰਵੇਲ ਵੀ ਦੋਸਤਾਂ ਵੇਖਣੀ, ਕ੍ਰਾਸ ਬਰੀਡ ਹੈ, ਗਰਮੀਆਂ ਦਾ ਤੋਹਫਾ ਹੀ ਹੈ, ਥਾਣੀ ਵੀ ਮਾਸ਼ਾਅੱਲਾ ਜੀ ਦੋਸਤਾਂ ਚੈੱਕ ਕਰਾ ਦਿੰਦੇ ਜੀ ਭਾਈ ਇਮਰਾਨ ਸਾਹਿਬ।
ਭਾਈ ਫਰਾਜ਼ 10 ਕਿਲੋ ਦੁੱਧ ਦੀ ਗਰੰਟੀ ਦੇਾਂਗੇ ਖਿਲਾਰ ਭਾਈ ਜਾਨ ਦੁੱਧ 10 ਕਿਲੋ ਵੇ ਕਿਦਾਂ ਦੀ ਸੂਈ ਹੈ ਤੇ ਸੂਈ ਨੇ ਬੋਲੇ ਤੇ ਵੇ ਤੇ ਸੁਭਾ ਕਿਨਵੇਂ ਦਾ ਸੁਭਾ ਇਹਦਾ ਪਹਿਲਾ ਪਹਿਲਨ ਮਾਸ਼ਾਅੱਲਾ ਜੀ ਜਾ ਕੀ ਭਾਈ ਪਿੱਛੇ ਦੇ ਬੱਚਾ ਭਾਈ ਫਰਾਜ਼ ਬੱਚਾ ਭਾਈ ਜਾ ਸਾਹਮਣੇ ਕਰੋ ਪਿੱਛੇ ਤੇ ਬੱਚਾ ਵੇ ਸੁਭਾ ਪਹਿਲਾ ਸੂਈ ਹੈ ਜਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਨੰਬਰ ਆ ਗਈ 2 ਤੇ ਦੁੱਧ 10 ਕਿਲੋ 10 ਕਿਲੋ ਠੀਕ ਹੈ ਜੀ ਪੱਕਾ ਗਰੰਟੀ ਵਾਲਾ ਬੋਲਾ ਬੋਲਾ ਜੀ ਆ ਬਿਲਕੁਲ ਜੀ ਥਾਣੀ ਵੀ ਦੋਸਤਾਂ ਵੇਖ ਲੈਣੇ ਕਿੰਨੇ ਦਾ ਦੇ ਭਾਈ ਬਣਾਉਣੇ ਭਾਈ ਫਰਾਜ਼ ਜੀ ਮਾਸ਼ਾਅੱਲਾ ਜੀ ਭਾਈ ਹਲਕੀ ਜੀ ਬਸ ਸਟੋਰ ਕੇ ਲਿਆ ਜੀ ਨਸਲ ਦਾ ਸਨੀ ਹੈ ਕਿ ਨਹੀਂ ਨਸਲ ਨਹੀਂ ਹੈ ਤੁਹਾਨੂੰ ਪਤਾ ਜਰਸੀ ਤੇ ਚੋਲਸਤਾਨੀ ਕਲਾਸ ਲੱਗ ਜੀ ਮਾਸ਼ਾਅੱਲਾ ਜੀ ਗਰਮੀਆਂ ਦਾ ਤੋਹਫਾ ਹੀ ਹੈ ਸੁਬਾ ਪਹਿਲਾ ਵੇ 6 ਦੰਦ ਦੇ ਜਿਹੜਾ ਬੋਲਾ ਵੇ ਮੌਜੂਦਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 10 ਕਿਲੋ ਮਾਸ਼ਾਅੱਲਾ ਜੀ ਗਰਮੀ ਇਨਸ਼ਾਅੱਲਾ ਨਹੀਂ ਕਰੇਗੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਵੇ ਠੀਕ ਭਾਈ ਲੈ ਚਲੋ ਜੀ ਜੀ ਭਾਈ ਇਮਰਾਨ ਸਾਹਿਬ ਕੀ ਰੇਟ ਹੈ ਜੀ ਵਾਰਡ ਨੰਬਰ ਭਾਈ ਫਰਾਜ਼ ਰੇਟ ਸਾਡੇ ਫਾਈਨਲ ਫਾਈਨਲ ਹੀ ਹੋਣਾ ਜੀ ਜਿਹੜੇ ਕੰਮ ਚੰਗੀ ਲੱਗੇ ਇਹ ਵੀ ਰਮਜ਼ਾਨ ਪੈਕੇਜ ਹੋਈ ਤੇ ਮੁੱਲ ਦਾ 2.5 ਲੱਖ ਲਾਣੇ ਸਿਰਫ 2,35,000 ਰੁਪਏ 2,00,000 ਤੇ 35,000 2,35,000 ਜੀ ਬੇਤਰ ਹੋ ਗਿਆ ਨੰਬਰ 2 ਤੇ ਚੈੱਕ ਕਰਾਈਏ ਕੀਮਤ 2,00,000 ਤੇ 35,000 ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਅਭੀ ਪਹਿਲਾਂ ਨੇ ਜੀ ਇਹ ਵੀ ਪਹਿਲਾਂ ਜੀ ਠੀਕ ਹੈ ਕਿੰਨੇ ਦਾ 4 ਦੰਦ 4 ਦੰਦ ਪਹਿਲਾਂ ਨੇ ਮਾਸ਼ਾਅੱਲਾ ਜੀ ਸੇਮ ਪ੍ਰਿੰਟ ਵਿੱਚ ਕੁਆਲਿਟੀ ਦੋਸਤੋ ਵੇਖ ਲੈਣੀ ਭਾਈ ਇੱਥੇ ਦਾ ਖਿਲਾਰ ਜੀ ਚੋਗੀ ਕਿਦਾਂ ਦੀ ਸੂਈ ਹੈ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਵੇ ਜਾ ਕੀ ਭਾਈ ਪਿੱਛੇ ਦੇ ਬੱਚਾ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਜਾ ਵੀ ਦੋਸਤਾਂ ਚੈੱਕ ਕਰਾਨੇ ਠੀਕ ਭਾਈ ਨਵੀਦ ਹਲਕੀ ਜੀ ਢੋਰ ਕੇ ਲਿਆਵੋ ਜੀ 4 ਦੰਦੇ ਪਹਿਲਨ ਵੈੜ ਮਾਸ਼ਾਅੱਲਾ ਜੀ ਪਿੱਛੇ ਦੇ ਬੱਚਾ ਵੇ ਲਿਬਾਸ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਠੀਕ ਹੈ ਭਾਈ ਨਵੀਦ ਪਰਤਾ ਕੇ ਲਿਆਓ ਮਾਸ਼ਾਅੱਲਾ ਜੀ ਕੋਈ ਨਹੀਂ ਜਾ ਤੇ ਬੰਨ ਛੜੋ ਭਾਈ ਫਰਾਜ਼ ਇਹਦੇ ਕੋਲ ਦੁੱਧ 13-14 ਸਿਰ ਤੇ ਅਸੀਂ 12 ਸਿਰ ਦੀ ਗਰੰਟੀ ਦਿੱਤੀ ਹੈ ਬਸ ਠੀਕ ਹੈ ਕਿਉਂਕਿ 12 ਕਿਲੋ ਦੀ ਗਰੰਟੀ ਹੈ ਜ਼ਿਆਦਾ ਹੀ ਹੈ ਮਕਸਦ ਹੈ ਵੀ ਕਿਸੇ ਦੇ ਘਰ ਜਾਏ ਜਾ ਕੇ ਕੋਈ ਅੱਧਾ ਕਿਲੋ ਕਿਲੋ ਜ਼ਿਆਦਾ ਹੀ ਕਰੇ ਜੀ ਭਾਈ ਇਮਰਾਨ ਸਾਹਿਬ ਕੀ ਰੇਟ ਹੈ ਜੀ ਇਹਦਾ ਵੀ 2,00,000 ਤੇ 35,000 ਰੁਪਏ ਇਹਦਾ ਵੀ 2,35 ਜ਼ਿੰਦਾਬਾਦ ਮਾਸ਼ਾਅੱਲਾ ਜੀ ਇਹਦਾ ਵੀ 2,35 ਇਹਦਾ 2,30 ਹੋ ਗਿਆ ਤੇ 2,30 ਪਰਲੀ ਦਾ ਕਰਨਾ ਇਹਦਾ 2,35 ਰਹਿਣ ਦੇਣਾ ਹਾਂਜੀ ਕੋਈ ਗੱਲ ਨਹੀਂ ਇਹ 2,30 ਦੀ ਹੋ ਗਈ ਭਾਈ ਫਰਾਜ਼ ਜੀ ਬਿਹਤਰ ਹੋ ਗਿਆ ਉਹ ਬਹੁਤੀ ਜਿਹਾ ਰੰਗ ਪਾ ਲੈ ਖਾਣੇ ਚੰਗਾ ਹਰ ਚੀਜ਼ ਨਾ ਉਹ ਇਹਦਾ ਵੱਧ ਜੇ ਜੀ ਬਿਹਤਰ ਹੋ ਗਿਆ ਇਹਦਾ 2,30 ਹੋ ਗਿਆ ਹਾਂਜੀ ਇਹ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਆ ਗਈ ਭਾਈ ਖਿਲਾ ਰਿਹਾ ਜੀ ਜੀ ਭਾਈ ਇਮਰਾਨ ਸਾਹਿਬ ਜਰਸੀ ਜਰਸੀ ਜੇ ਮੂੰਹ ਦੋਂਦੀ ਤੇ ਚੋਗੀ ਹੋਣ ਲੱਗਦੀ ਹੈ ਅਭੀ ਪਹਿਲਾਂ ਨੇ ਮਾਸ਼ਾਅੱਲਾ ਜੀ ਦੋਂਦੀ ਤੇ ਚੋਗੀ ਹੁੰਦੀ ਹੈ ਭਈ ਹੈ ਵੀ ਚੁੰਗੀ ਹੈ ਹਾਂਜੀ ਜ਼ਿਆਦਾ ਜਰਸੀ ਹੈ ਕੰਨ ਛੋਟੇ ਨੇ ਸਿੰਘ ਚਿੱਟੇ ਨੇ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਵੇ ਹੈ ਵੀ ਸਾਊ ਵੇ ਐਂਜੀ ਬੈਗ ਚੋਲੋ ਜਿਸ ਤਰ੍ਹਾਂ ਮਰਜ਼ੀ ਹੈ ਠੀਕ ਹੈ ਖਿਲਾਰ ਭਾਈ ਇਹ ਦੁੱਧ ਵੀ ਚਿੱਟਾ ਭਾਈ ਫਰਾਜ਼ ਚੈੱਕ ਕਰਾ ਲਓ ਬੇਸ਼ੱਕ ਦੁੱਧ ਵੀ ਚਿੱਟਾ ਜੀ ਕਿਦਾਂ ਦੀ ਸੂਈ ਜੇ ਸੂਈ ਨੂੰ ਤਕਰੀਬਨ ਇਹਨੂੰ 5-6 ਦਿਨ ਹੋਏ ਜੇ 5-6 ਦਿਨ ਹੋ ਗਏ ਨੇ ਦੁੱਧ ਦੀ ਰੰਗਤ ਸਫੇਦ ਹੈ ਸੁਬਾ ਪਹਿਲਾਂ ਸੂਈ ਹੈ ਦੋਂਦੀ ਤੋਂ ਚੋਗੀ ਹੁੰਦੀ ਹੈ ਵੀ ਜਾ ਕੀ ਭਾਈ ਪਿੱਛੇ ਦੇ ਇਹ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਹਲਕੀ ਜਿਹੀ ਟੋਰ ਕੇ ਲਿਆਇਓ ਜੀ ਜ਼ਿਆਦਾ ਜਰਸੀ ਗੋਲ ਕਰੇ ਵਿੱਚ ਟੱਚ ਹੋਣਾ ਮਾਸ਼ਾਅੱਲਾ ਜੀ ਦੁੱਧ ਕਿੰਨਾ ਕਿ ਭਾਈ ਇਮਰਾਨ ਸਾਹਿਬ ਦੇ ਭਾਈ ਜਾ ਕੇ ਟੋਰੋ ਹਜ਼ਰਾ 13-14 ਕਿਲੋ ਦੁੱਧ ਹੋਏਗਾ ਭਾਈ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 13-14 ਕਿਲੋ ਸੁਬਾ ਪਹਿਲਾਂ ਸੂਈ ਹੈ ਨੰਬਰ ਆ ਗਈ 4 ਤੇ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਹੈ ਵੀ ਸਾਊ ਹੈ ਨਸਲ ਵੀ ਚੰਗੀ ਹੈ ਠੀਕ ਹੈ ਭਾਈ ਲਿਆਓ ਜੀ ਦੁੱਧ ਦੀ ਰੰਗਤ ਵੀ ਸਫੇਦ ਹੈ ਚਿਹਰਾ ਦੋਸਤਾਂ ਫਿਰ ਵੇਖਣਾ ਮਾਸ਼ਾਅੱਲਾ ਜੀ ਕੰਨ ਛੋਟੇ ਨਾ ਥਾਣਾ ਦਾ ਇੱਕ ਵਾਰੀ ਨਜ਼ਾਰਾ ਕਰਾ ਹੜਿਓ ਕਈ ਭਰਾ ਆਂਦੇ ਨੇ ਵੀਡੀਓ ਤੇ ਵੇਖ ਥਣ ਛੋਟੇ ਨੇ ਥਣ ਪੂਰਾ ਮੁੱਠੀ ਖਿਲਾ ਰਿਹਾ ਭਾਈ ਜ਼ਰਾ ਲਾ ਸਿੱਧੀ ਕਰਾਂ ਥਣਾ ਦੀ ਪੂਰੀ ਤਸੱਲੀ ਕਰਾਈਏ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਥਣ ਵੀ ਦੋਸਤਾਂ ਚੈੱਕ ਕਰਨੇ ਨੇ ਜੀ ਠੀਕ ਹੈ ਭਾਈ ਨਵੀਦ ਹਲਕੀ ਜਿਹੀ ਟੋਰ ਕੇ ਲੱਗ ਚੱਲੋ ਜੀ ਜੀ ਭਾਈ ਇਮਰਾਨ ਸਾਹਿਬ ਕੀ ਰੇਟ ਹੈ ਜੀ ਵੈੜ ਨੰਬਰ 4 ਦਾ ਭਾਈ ਸਾਹਿਬ ਵੈੜ ਇਹ 4,00,000 ਦੀ ਤੇ ਜਿਹੜੇ ਭਰਾ ਨੂੰ ਚੰਗੀ ਲੱਗੇ ਜੀ 3,00,000 ਤੇ 35,000 ਰੁਪਏ ਵੀ ਦੇ ਦਾਂਗੇ 3,00,000 ਤੇ 35,000 ਜੀ ਬਿਹਤਰ ਹੋ ਗਿਆ ਅੱਗੇ ਭਾਈ ਲਿਆਓ ਜੀ ਨੰਬਰ 5 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਆ ਗਈ ਸਿੰਘ ਇੱਕੀ ਹੈ ਦੂਸਰੀ ਸਾਈਡ ਤੇ ਮੋਨੀ ਆ ਗਈ ਹੈ ਮੋਨੀ ਹੋਈ ਹੈ ਠੀਕ ਹੈ ਮੋਨੀ ਹੋਈ ਤਕਰੀਬਨ
ਖਲਾਰ ਬਾਈ ਮਾਸ਼ਾਅੱਲਾ ਜੀ ਅੱਜ ਦੀ ਵੀਡੀਓ ਦਾ ਤੋਹਫਾ ਯਾਰ ਵੇਲ ਚੈੱਕ ਕਰਨੀ ਹੈ ਵੱਡੀ ਜਸਾਮਤ ਮਾਸ਼ਾਅੱਲਾ ਜੀ ਫਰਾਜ਼ ਇਹ ਵੀ ਚੈੱਕ ਕਰਾ ਲਓ ਆ ਚੈੱਕ ਕਰੋ ਮਾਸ਼ਾਅੱਲਾ ਜੀ ਸ਼ਰਾਫਤ ਵੀ ਦੋਸਤ ਆ ਜਿਹੜੇ ਲੋਕੀ ਆਂਦੇ ਨੇ ਵੀਡੀਓ ਤੇ ਥਣ ਛੋਟੇ ਹੁੰਦੇ ਨੇ ਆ ਵੇਖ ਲਿਓ ਆ ਚੈੱਕ ਕਰੋ ਮਾਸ਼ਾਅੱਲਾ ਜੀ ਦੁੱਧ ਵੀ ਚੈੱਕ ਕਰ ਲਓ ਚਿੱਟਾ ਠੀਕ ਹੈ ਜੀ ਠੀਕ ਹੈ ਜੀ ਕਿੰਨਾ ਸੂਆ ਦਾ ਦੂੰ ਤਿੰਨਾਂ ਦੇ ਦੂਸਰਾ ਸੂਆ ਜੇ ਦੂੰ ਤਿੰਨਾਂ ਦਿਨਾਂ ਦੀ ਸੂਕ ਜੇ ਸਾਰਾ ਦੁੱਧ ਨਹੀਂ ਜੇ ਹੁੰਦਾ ਮਾਸ਼ਾਅੱਲਾ ਜੀ ਤਿੰਨ ਕਿ ਦਿਨ ਹੋ ਗਏ ਨੇ ਸੂਆ ਦੂਸਰਾ ਸੂਈ ਹੈ ਹਾਂਜੀ ਬੋਲੇ ਦੀ ਰੰਗਤ ਵੀ ਸਫੇਦ ਮਾਸ਼ਾਅੱਲਾ ਜੀ ਸਣ ਥਣ ਸੋਹਣੇ ਮੁੱਠੀ ਲੱਗੇ ਨੇ ਬੋਲਾ ਕਿੰਨਾ ਕਿਤੇ ਕੋਲ ਭਾਈ ਇਮਰਾਨ ਭਾਈ ਫਰਾਜ਼ ਬੋਲਾ ਕੰਮ ਸੋ ਕੰਮ ਤੁਸੀਂ ਉਹ 17 ਕਿਲੋ ਦੀ ਗਰੰਟੀ ਦੇ ਦੁੱਧ 20 ਸਿਰ ਜੀ ਇਹਦੇ ਕੋਲ ਅੱਜ ਵੀ 17 ਕਿਲੋ 17 ਕਿਲੋ ਦੀ ਗਰੰਟੀ ਦੇ ਦੇ ਜੀ ਬੇਤਰ ਤੁਸੀਂ 16 ਕਿਲੋ ਦੀ ਗਰੰਟੀ ਕਰੋ ਗਰੰਟੀ ਦੇ ਲੋ ਬੋਲਾ ਜੀ ਅੱਜ ਜਾ ਕੀ ਭਾਈ ਪਿੱਛੇ ਦੇ ਬੱਚਾ ਜੀ ਬੱਚਾ ਪਿੱਛੇ ਦੇ ਮਾਸ਼ਾਅੱਲਾ ਜੀ ਭਾਈ ਲੰਮੀ ਢੋਰ ਕੇ ਲੈ ਜੀ ਰਵੇਲ ਕਾਫੀ ਹੈ ਵੀ ਸਾਊ ਹੈ ਜਸਾਮਤ ਕੀ ਡੀ ਹੈ ਕੰਨ ਛੋਟੇ ਨੇ ਮਾਸ਼ਾਅੱਲਾ ਜੀ ਦੋ ਤਿੰਨ ਦਿਨ ਹੋ ਗਏ ਨੇ ਤੇ ਥੱਲੇ ਵੀ ਪੂਰਾ ਮੈਦਾਨ ਲਾਇਆ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖਣਾ 16 ਤੋਂ 17 ਕਿਲੋ ਬੋਲੇ ਦੀ ਗਰੰਟੀ ਹੈ ਨੰਬਰ 5 ਤੇ ਚੈੱਕ ਕਰਾਨੇ ਆ ਪੇ ਲਿਬਾਸ ਵੀ ਦੋਸਤਾਂ ਵੇਖਣਾ ਤੇ ਥਣ ਵੀ ਸੋਹਣੇ ਮਾਸ਼ਾਅੱਲਾ ਜੀ ਮੁੱਠੀ ਲੱਗ ਕਰ ਲੋ ਯਾਰ ਭਾਈ ਜਾ ਤੁਸੀਂ ਜਿੰਜ ਸਿਹਤ ਵਿੱਚ ਜਾ ਚੁੱਕ ਲਓ ਜੀ ਲਿਆਓ ਬਾਈ ਪਰਦਾ ਆ ਕੇ ਚੁੱਕਣਾ ਯਾਰ ਚੁੱਕ ਲਓ ਭਾਈ ਜਾ ਐ ਵੇਖੋ ਨਾ ਭਾਰਾ ਕਿਉਂ ਹੈ ਚੱਲ ਬਈ ਤੋਰ ਮੁੰਡਾ ਸਿਹਤ ਵਿੱਚ ਕੀ ਹੋ ਗਿਆ ਲਿਆਓ ਜ਼ਰਾ ਟੋਨ ਕੇ ਮਾਸ਼ਾਅੱਲਾ ਜੀ ਓਏ ਦੋਸਤੋ ਟੋਰ ਵੀ ਚੈੱਕ ਕਰਨੀ ਹੈ ਜੀ ਕੀ ਨਸਲ ਹੈ ਭਾਈ ਇਮਰਾਨ ਸਾਹਿਬ ਦੀ ਦੋਸਤੋ ਹੀ ਫੈਸਲਾ ਕਰਨਾ ਹੈ ਜਿਹੜੀਆਂ 35 ਸਿਰ ਵਾਲੀਆਂ ਮਾਸ਼ਾਅੱਲਾ ਜੀ ਭਾਈ ਲਿਆਓ ਜ਼ਰਾ ਲੰਮੀ ਟੋਰ ਕੇ ਪੂਰੀ ਤਸੱਲੀ ਕਰਾਇਓ ਜੀ ਇਹ ਨਸਲਾਂ ਦੂਰੋਂ ਹੀ ਪਈਆਂ ਲੱਭਦੀਆਂ ਅੱਜ ਦੀ ਵੀਡੀਓ ਦਾ ਤੋਹਫਾ ਹੀ ਇਹ ਟੋਰ ਵੀ ਦੋਸਤੋ ਵੇਖਣੀ ਹੈ ਥਣ ਵੀ ਚੈੱਕ ਕਰਾ ਦਿੱਤੇ ਨੇ ਜਿਹੜਾ ਬੋਲਾ ਵੇ 16 ਤੋਂ 17 ਕਿਲੋ ਬੋਲੇ ਦੀ ਗਰੰਟੀ ਹੈ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਚੰਗੀ ਸ਼ਾਨਦਾਰ ਚੀਜ਼ ਹੈ ਬੰਨੋ ਭਾਈ ਇੱਥੇ ਕੀ ਰੇਟ ਹੈ ਜੀ ਭਾਈ ਫਰਾਜ਼ ਇਹੋ ਜੀ ਚੀਜ਼ ਮਿਲਦੀ ਹੈ ਜੀ 5 ਲੱਖ 6 ਲੱਖ ਜਿੰਨੇ ਦੀ ਮਰਜ਼ੀ ਮੈਨੂੰ ਕੋ ਲੈ ਚਲਾਓ ਅੱਛਾ ਠੀਕ ਹੈ ਜਿਹੜੇ ਭਰਾ ਨੂੰ ਚੰਗੀ ਰੇਟ ਫਾਈਨਲ ਫਾਈਨਲ ਬਾਅਦ ਬਹੁਤੇ ਮੰਗਣ ਦਾ ਮਕਸਦ ਉਹਨਾਂ ਅੱਗੇ ਰਮਜ਼ਾਨ ਹੈ ਠੀਕ ਹੈ ਸਿਰਫ 4,60,000 ਦੀ ਦੇਣੀ ਮੇਰਾ ਵੀਰ ਜਿਹੜੇ ਭਰਾ ਨੂੰ ਚੰਗੀ ਲੱਗੇ 4,60,000 ਦੀ ਦੇਣੀ ਬਾਈ ਜੀ ਬਿਹਤਰ ਹੋ ਗਿਆ ਮਜ਼ੀਦ ਕੋ ਦੋਸਤਾਂ ਵਾਸਤੇ ਪੇਗਾਮ ਪੇਗਾਮ ਦੋਸਤਾਂ ਵਾਸਤੇ ਕਿ ਮਿਹਰਬਾਨੀ ਜਨਾਬ ਜਿਹੜੇ ਸਾਡੇ ਭਰਾ ਸਾਡੇ ਨਾਲ ਤਾਵਣ ਕਰਦੇ ਨੇ ਉਹਨਾਂ ਦਾ ਬੜਾ ਸ਼ੁਕਰੀਆ ਮਿਹਰਬਾਨੀ ਜੀ ਭਾਈ ਬਰਨ ਸਾਹਿਬ ਬਹੁਤ ਸ਼ੁਕਰੀਆ ਜੀ ਇਜਾਜ਼ਤ ਚਾਹੁੰਦੇ ਹਾਂ ਅੱਲਾਹ ਹਾਫਿਜ਼